ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਡਿਜੀਟਲ ਵਿਜ਼ਨ ਨਾਲ ਭਾਰਤ ਨੂੰ ਬਦਲਣ ਤੇ ਕੇਂਦਰਿਤ ਨੇ ਅਤੇ ਉਹ ਅਜਿਹੇ ਤਰੀਕਿਆਂ ਦੀ ਖੋਜ ਕਰ ਰਹੇ ਨੇ ਜਿਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਭਾਰਤ ਦੇ ਲੋਕਾਂ ਨੂੰ ਲਾਭ ਪਹੁੰਚਾ ਸਕਦੀ ਹੈ। ਗੂਗਲ ਦੇ ਸੀਈਓ ਨੇ ਨਿਊਯਾਰਕ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕੀਤੇ। ਪਿਚਾਈ ਨੇ ਕਿਹਾ ਪ੍ਰਧਾਨ ਮੰਤਰੀ ਉਹਨਾਂ ਨੂੰ ਭਾਰਤ ਵਿੱਚ ਮੇਕ ਇਨ ਇੰਡੀਆ ਅਤੇ ਡਿਜ਼ਾਈਨ ਕਰਨਾ ਜਾਰੀ ਰੱਖਣ ਲਈ ਪ੍ਰੇਰਿਤ ਕਰਦੇ ਨੇ। ਗੂਗਲ ਨੂੰ ਹੁਣ ਭਾਰਤ ਵਿੱਚ ਆਪਣੇ ਪਿਕਸਲ ਫੋਨ ਬਣਾਉਣ ਤੇ ਮਾਣ ਹੈ। ਪਿਚਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੁਣ ਉਹਨਾਂ ਨੂੰ ਸਿਹਤ ਸੰਭਾਲ, ਸਿੱਖਿਆ ਅਤੇ ਖੇਤੀਬਾੜੀ ਵਿੱਚ ਐਪਲੀਕੇਸ਼ਨਾਂ ਬਾਰੇ ਸੋਚਣ ਦੀ ਚੁਣੌਤੀ ਦਿੱਤੀ ਹੈ ਅਤੇ ਉਹ ਭਾਰਤ ਦੇ ਬੁਨਿਆਦੀ ਢਾਂਚੇ, ਡਾਟਾ ਕੇਂਦਰਾਂ, ਬਿਜਲੀ, ਊਰਜਾ ਅਤੇ ਪੂੰਜੀਕਾਰੀ ਬਾਰੇ ਵੀ ਸੋਚ ਰਹੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਭਾਰਤ ਵਿੱਚ ਬਦਲਾਅ ਲਿਆਉਣ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਭਾਰਤ ਨਾਲ ਗੂਗਲ ਦੀ ਸਾਂਝੇਦਾਰੀ ਕਰਨ ਤੇ ਵੀ ਮਾਣ ਪ੍ਰਗਟਾਇਆ ਹੈ। Yeah, the Prime Minister has been focused on transforming India with his Digital India vision. He pushed us to continue making in India, designing in India. We are proud to now make our Pixel phones manufactured in India. He is really thinking about how AI can transform India in a way that benefits the people of India.